ਅਜਮੇਰ ਦੀ ਚੋਣਾਂ 'ਚ ਭਾਜਪਾ ਨੇ ਜਿੱਤ ਪ੍ਰਾਪਤ ਕੀਤੀ ਜੀ, ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਇਸ ਚੀਜ਼ ਦੀ। ਹਾਈਕੋਰਟ ਦੇ ਹੁਕਮਾਂ ਦੇ ਆਧਾਰ 'ਤੇ ਅੱਜ ਜਿਹੜੀ ਉੱਥੇ ਚੋਣ ਹੋਈ ਸੀਗੀ, ਜਿਸ ਦੇ ਵਿੱਚ ਸਾਨੂੰ 16 ਜਿਹੜੀਆਂ BJP ਨੂੰ ਉੱਥੇ ਪਈਆਂ ਨੇ ਵੋਟਾਂ, ਅਤੇ ਅੱਜ ਇੰਡੀਆ ਅਤੇ ਜਿਹੜਾ ਗੱਠਜੋੜ ਸੀਗਾ ਉਹਦਾ ਤਾਂ ਆਪਣਾ ਭਾਰਤੀ ਜਨਤਾ ਪਾਰਟੀ ਦਾ ਪਹਿਲਾ ਮੁਕਾਬਲਾ ਸੀ ਜਿਸ ਦੇ ਵਿੱਚ ਇੰਡੀਆ ਗੱਠਜੋੜ ਨੂੰ ਨਕਾਰ ਦਿੱਤਾ ਗਿਆ। ਕਿਸ ਤਰ੍ਹਾਂ ਦੇਖਦੇ ਹੋ ਵੀ ਭਗਵੰਤ ਮਾਨ ਤਾਂ ਕਹਿ ਯਾਰ ਵੀ 13-0 ਹੋਊਗਾ, ਉਸੇ ਤਰ੍ਹਾਂ ਹੀ ਮੇਅਰ ਦੇ ਚੋਣਾਂ ਵਿੱਚ ਵੀ ਕਹਿ ਰਹੇ ਸੀਗੇ ਵੀ ਜਿਹੜੀ ਆਮ ਆਦਮੀ ਜਿੱਤੂ, ਕਿਸ ਤਰ੍ਹਾਂ ਦੇਖਦੇ? ਦੇਖੋ ਜੀ, ਪਹਿਲਾਂ ਤਾਂ ਤੁਸੀਂ ਸਭ ਤੋਂ ਵੱਡੀ ਗੱਲ ਜਿਹੜੀ ਇਹ ਗੱਠਜੋੜ ਹੋਇਆ ਇੱਕ ਦੂਜੇ ਨੂੰ, ਇਹ ਹੁਣ ਤੱਕ ਭੰਡਦੇ ਰਹੇ ਨੇ ਇੱਕ ਦੂਜੇ 'ਤੇ, ਇਹ ਕਹਿੰਦੇ ਰਹੇ ਨੇ ਭਗਵੰਤ ਮਾਨ ਸਾਹਿਬ ਵੀ ਅਸੀਂ ਕਾਂਗਰਸ ਦੇ ਜੀ ਇੱਦਾਂ ਕਰਾਂਗੇ ਉੱਦਾਂ ਕਰਾਂਗੇ, ਕਈਆਂ ਦੇ ਮੰਤਰੀਆਂ 'ਤੇ ਇਹਨਾਂ ਨੇ ਮਤਲਬ ਪਰਚੇ ਵਗੈਰਾ ਵੀ ਦਰਜ ਹੋਏ ਨੇ, ਕਈਆਂ ਨੇ ਸਜ਼ਾ ਵੀ ਕੱਟੀ ਹੈ। ਅੱਜ ਇਹ ਆਪਸ ਦੇ ਵਿੱਚ ਗੱਠਜੋੜ ਕਰਕੇ ਲੋਕਾਂ ਨੂੰ ਫਿਰ ਦੁਬਾਰਾ ਭਰਮਾਉਣਾ ਚਾਹੁੰਦੇ ਨੇ, ਜਿੱਦਾਂ ਇਹ ਪਹਿਲਾਂ ਝੂਠ ਬੋਲ ਕੇ ਭਰਮਾ ਕੇ ਲੋਕਾਂ ਨੂੰ ਇਹ ਆਪਣੀ ਸਰਕਾਰ ਬਣਾ ਗਏ। ਪਰ ਇਸ ਤਰ੍ਹਾਂ ਹੁਣ ਜੋ ਸਮਾਂ ਹੈ, ਹੁਣ ਲੋਕ ਸਮਝਦਾਰ ਨੇ, ਲੋਕ ਸਮਝ ਚੁੱਕੇ ਨੇ, ਆਉਣ ਵਾਲੀਆਂ ਚੋਣਾਂ ਦੇ ਵਿੱਚ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ। ਅੱਜ ਸ਼ਹਿਰ ਦੇ ਵਿੱਚ ਖੁਸ਼ੀ ਮਨਾਈ ਗਈ ਹੈ? ਹਾਂਜੀ, ਬਹੁਤ ਖੁਸ਼ੀ ਮਨਾਈ ਗਈ ਹੈ ਸਾਡੇ ਵੱਲੋਂ, ਸਾਡੇ ਵਰਕਰਾਂ ਵੱਲੋਂ। ਅੱਜ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਾ ਕੇ ਭਾਜਪਾ ਦੀ ਜਿਹੜੀ ਜਿੱਤ ਚੰਡੀਗੜ੍ਹ ਦੇ ਵਿੱਚ ਹੋਈ ਹੈ ਉਸ ਦੇ ਰਿਗਾਰਡਿੰਗ ਅੱਜ ਅਸੀਂ ਬਹੁਤ ਖੁਸ਼ ਹਾਂ। ਅਤੇ ਵਿਰੋਧੀ ਧਿਰਾਂ ਨੇ ਧੱਕੇਸ਼ਾਹੀ ਦੇ ਇਲਜ਼ਾਮ ਵੀ ਲਗਾਏ। ਦੇਖੋ, ਵਿਰੋਧੀ ਧਿਰ ਨੂੰ ਹੁੰਦਾ ਜੀ ਕੋਈ ਵੀ ਬੰਦਾ, ਉਹਨੂੰ ਆਪਣੀ ਜਿੱਤ ਦੀ ਉਮੀਦ ਹੁੰਦੀ ਹੈ। ਜਦੋਂ ਕਿਸੇ ਦਾ ਕੋਈ ਮਤਲਬ ਸੁਪਨਾ ਹੁੰਦਾ ਹੈ ਕਿ ਵੀ ਹਾਂ ਅਸੀਂ ਜਿੱਤਾਂਗੇ, ਉਹ ਟੁੱਟ ਚੁੱਕਿਆ ਤਾਂ ਕੁਛ ਨਾ ਕੁਛ ਬੁਖਲਾਹਟ ਹੈ ਉਹਨਾਂ ਦੇ ਵਿੱਚ। ਲੇਕਿਨ ਇੱਦਾਂ ਦਾ ਕੁਛ ਨਹੀਂ, ਧੱਕੇਸ਼ਾਹੀ ਵਾਲਾ ਇੱਕ ਸਿਸਟਮੈਟਿਕਲੀ ਚੋਣ ਹੋਈ ਹੈ ਜੀ, ਜੋ ਵੀ ਜਿਸ ਤਰ੍ਹਾਂ ਵੀ ਹੁੰਦੀ ਹੈ। ਦੇਖੋ, ਸਾਰਾ ਕੁਛ ਉੱਥੇ ਅਬਜ਼ਰਵਰ ਵਗੈਰਾ ਲੱਗ ਕੇ ਜੋ ਵੀ ਹੈ ਸਿਸਟਮ ਦੇ ਨਾਲ ਚੋਣ ਹੋਈ ਹੈ, ਤਾਂ ਠੀਕ ਹੈ ਵੀ ਕਿ ਬਖਲਾਹਟ ਹੈ ਜੀ। ਬਖਲਾਹਟ ਦੇ ਵਿੱਚ ਦੇਖੋ ਵਿਰੋਧੀ ਦਲ ਦਾ ਕੰਮ ਹੁੰਦਾ ਹੈ, ਦੂਜੇ 'ਤੇ ਐਲੀਗੇਸ਼ਨ ਲੈਣਾ, ਤਾਂ ਉਹ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਐਲੀਗੇਸ਼ਨ ਲੱਗ ਕੇ। ਕੀ ਲੱਗਦਾ MP ਦੇ ਚੋਣਾਂ ਵਿੱਚ ਵੀ BJP ਪੰਜਾਬ ਦੇ ਵਿੱਚ ਇਸੇ ਤਰ੍ਹਾਂ ਜਿੱਤ ਹਾਸਲ ਕਰੇਗੀ? ਬਿਲਕੁਲ, ਜਿੱਤ ਹਾਸਲ ਕਰੇਗੀ ਜੀ। BJP ਦਾ ਆਧਾਰ ਤੁਸੀਂ ਦੇਖੋ ਦਿਨੋਂ ਦਿਨ ਵੱਧਦਾ ਜਾ ਰਿਹਾ, ਲੋਕਾਂ ਦੇ ਵਿੱਚ ਬੜਾ ਮਤਲਬ ਉਤਸ਼ਾਹ ਹੈ BJP ਦੇ ਬਾਰੇ। ਇੱਕ ਉਮੀਦ ਜਿਹੜੀ ਲੋਕਾਂ ਨੂੰ ਸੀ, ਆਮ ਆਦਮੀ ਪਾਰਟੀ ਨੇ ਜੋ ਮਤਲਬ ਵਾਅਦੇ ਕੀਤੇ ਸੀ ਲੋਕਾਂ ਨਾਲ, ਤਾਂ ਉਹ ਕੋਈ ਵੀ ਵਾਅਦਾ ਆਪਣਾ ਪੂਰਾ ਨਹੀਂ ਕਰ ਰਹੇ, ਤਾਂ ਸਾਨੂੰ ਨਹੀਂ ਲੱਗਦਾ ਕਿ ਲੋਕ ਹੁਣ ਉਹਨਾਂ ਨੂੰ ਦੁਬਾਰਾ ਮੂੰਹ ਲਾਣਗੇ। ਸੁਸ਼ਾਂਤ ਗਰਗ ਜੀ, ਕਿਸ ਤਰ੍ਹਾਂ ਦੇਖਦੇ ਹੋ ਚੰਡੀਗੜ੍ਹ ਦੀ ਮੇਅਰ ਦੀ ਚੋਣਾਂ ਵਿੱਚ ਭਾਜਪਾ ਨੇ ਮੋਰਚਾ ਮਾਰਿਆ? ਇਹ ਤਾਂ ਸਿਰਫ ਇੱਕ ਟ੍ਰੇਲਰ ਹੈ ਜੀ, ਉਹ ਕਹਿੰਦੇ ਨੇ ਨਾ ਜਿਵੇਂ ਕਿ ਸਿਰਫ ਟ੍ਰੇਲਰ ਹੈ, ਪਿਕਚਰ ਅਭੀ ਆਉਣੀ ਬਾਕੀ ਹੈ। ਇਹ ਜੋ ਹੁੰਦੇ ਰਿਜ਼ਲਟ ਨੇ ਆਉਣ ਵਾਲੇ ਲੋਕ ਸਭਾ 'ਚ ਅਸੀਂ ਪੂਰੇ ਪੰਜਾਬ 'ਚ ਵੀ ਦੇਖਾਂਗੇ ਜੀ। ਅਤੇ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਵਿਰੋਧੀ ਧਿਰਾਂ ਵੱਲੋਂ ਇਲਜ਼ਾਮ ਵੀ ਲਗਾਏ ਗਏ ਨੇ ਵੀ ਧੱਕੇਸ਼ਾਹੀ ਹੋਈ ਹੈ, ਉਹਨਾਂ ਕੋਲ ਕੋਈ ਮੁੱਦਾ ਹੀ ਨਹੀਂ ਹੈਗਾ ਜੀ ਹੋਰ ਕੁਛ ਕਹਿਣ ਨੂੰ ਜੀ? ਕਾਂਗਰਸ ਜਦੋਂ ਵੀ ਹਾਰਦੀ ਹੈ, ਹਾਰ ਦਾ ਸਾਹਮਣਾ ਕਰਦੀ ਹੈ, ਉਦੋਂ EVM 'ਤੇ ਪਾ ਦਿੰਦੀ ਹੈ। ਹੁਣ ਉਹ ਕਹਿ ਰਹੇ ਨੇ ਗਲਤ ਤਰੀਕੇ ਨਾਲ ਵੋਟਾਂ ਹੋਈਆਂ ਨੇ, ਇਹ ਨਹੀਂ ਹੈਗਾ। ਇਹ ਪ੍ਰੋਸੀਜਰ ਹੈ ਜੋ ਫੋਲੋ ਕੀਤਾ ਗਿਆ ਹੈ, ਅਤੇ ਸਾਰਿਆਂ ਦੀ ਦੇਖ ਰੇਖ ਦੇ ਵਿੱਚ ਇਹ ਪ੍ਰੋਸੀਜਰ ਹੋਇਆ, ਅਤੇ ਉਸ 'ਚ ਅਸੀਂ ਭਾਜਪਾ ਜਿੱਤੀ ਹੈ ਜੀ। ਇਹ ਕਿਸ ਤਰ੍ਹਾਂ ਦੇਖਦੇ ਹੋ ਨਤੀਜੇ ਨੂੰ, ਦੇਖ ਰਹੇ ਹੋ ਤੁਸੀਂ ਵੀ ਪੰਜਾਬ ਵਿੱਚ ਵੀ ਜਿਹੜੀ ਮਜ਼ਬੂਤੀ ਕਾਇਮ ਕਰੇਗੀ? ਬਿਲਕੁਲ ਜੀ, ਭਾਜਪਾ ਚੌਗਣੀ ਪਾਵਰ ਨਾਲ ਅੱਗੇ ਆਪਾਂ ਰਿਜ਼ਲਟ ਦੇਖਾਂਗੇ ਜਦੋਂ ਜੋ ਆਉਣਗੇ। ਹੁਣ ਆਉਣ ਵਾਲੀ ਲੋਕ ਸਭਾ ਦੇ ਵਿੱਚ ਸਾਡੀ ਜਿਹੜੀ ਪਾਰਟੀ ਹੈ ਹੋਰ ਬਹੁਤ ਮਜ਼ਬੂਤ ਹੋ ਰਹੀ ਹੈ, ਅਤੇ ਜਿਹੜੇ ਕੰਮ ਪੰਜਾਬ ਵਿੱਚ ਹੋ ਰਹੇ ਨੇ ਅਤੇ ਉਹ ਆਪਦਾ ਰਿਜ਼ਲਟ ਸਾਨੂੰ ਜ਼ਰੂਰ ਦੇਣਗੇ। ਮੰਗਲ ਸ਼ਰਮਾ ਜੀ, ਜ਼ਿਲ੍ਹਾ ਸਪੋਕਸਮੈਨ BJP। ਕਿਸ ਤਰ੍ਹਾਂ ਦੇਖਦੇ ਹੋ ਅੱਜ ਚੰਡੀਗੜ੍ਹ ਦੇ ਵਿੱਚ ਮੇਅਰ ਅਤੇ BJP ਦੀ ਜਿੱਤ? ਬਹੁਤ ਵਧੀਆ ਜੀ, ਦੇਖੋ ਇਹ ਤਾਂ ਚੱਲ ਰਿਹਾ ਹੁਣ ਪੰਜਾਬ ਦੇ ਵਿੱਚ ਵੀ ਆਉਣਾ, ਤਾਂ ਹੁਣ ਹੋਣੀ ਹੈ। ਦਿਨ ਪਰ ਦਿਨ ਸਾਡੇ ਜੋ ਹੈ ਸਿਸਟਮ ਵਧੀਆ ਬਣਦਾ ਜਾ ਰਿਹਾ ਹੈਗਾ। ਇਹ ਤਾਂ ਦੇਖੋ ਸਾਡੇ ਕੰਮ ਕਰੇ ਹੋਏ ਤਾਂ ਕਰੀ ਜਾਂਦੇ ਨੇ, ਹੁਣ ਇੱਥੇ ਸਾਡੇ ਇੱਕ ਓਵਰਬ੍ਰਿਜ ਬਣ ਰਿਹਾ, ਗੰਡਕਰੀ ਸਾਹਿਬ ਦੇ ਕੇ ਗਏ ਨੇ, ਬਹੁਤ ਵਧੀਆ ਹੈਗਾ ਸਿਸਟਮ, ਤਾਂ ਅੱਗੇ ਦੀ ਅੱਗੇ ਜਾਣਾ ਹੈਗਾ। ਆਮ ਆਦਮੀ ਪਾਰਟੀ ਅਤੇ ਕਾਂਗਰਸ ਜਿਹੜਾ ਅਲਾਇੰਸ ਉਹ ਵੀ ਫੇਲ ਹੋ ਗਿਆ? ਹਾਂਜੀ ਬਿਲਕੁਲ, ਹੋ ਗਿਆ ਜੀ, ਜ਼ੀਰੋ ਹੋ ਗਿਆ। ਦੇਖੋ ਤੁਸੀਂ ਨਿਤੀਸ਼ ਕੁਮਾਰ ਜੀ ਛੱਡ ਕੇ ਬਿਹਾਰ ਫਿਰ ਦੁਬਾਰੇ ਸਾਡੇ ਨਾਲ ਆ ਗਏ, ਜਿਨ੍ਹਾਂ ਨੇ ਉਹ ਕੁਨਬਾ ਇਕੱਠਾ ਕਰਿਆ ਸੀਗਾ। ਦੇਖੋ ਜਿਹੜੇ ਉਹਨਾਂ ਦੇ ਮੋਢੀ ਬਣੇ ਸੀ ਉਹੀ ਅੱਜ ਸਾਡੇ 'ਚ ਦੁਬਾਰੇ ਆ ਗਏ, ਕਿਉਂਕਿ ਉਹਨਾਂ ਨੇ ਵੀ ਦੇਖ ਲਿਆ ਵੀ ਇਹਦੇ ਵਿੱਚ ਕੁਛ ਨਹੀਂ ਹੈਗਾ। ਉਹਨਾਂ ਨੇ ਪੂਰਾ ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰਨ ਲਈ ਜ਼ੋਰ ਲਾਇਆ। ਜਦੋਂ ਉਹਨਾਂ ਨੇ ਦੇਖਿਆ ਵੀ ਤਾਂ ਸਾਰੇ ਠੱਗ ਚੋਰੀ ਨੇ ਇਕੱਠੇ ਹੋਏ, ਉਹ ਦੁਬਾਰੇ ਫਿਰ BJP ਨਾਲ ਕੱਲ੍ਹ ਬਿਹਾਰ 'ਚ ਸਰਕਾਰ ਬਣਾ ਗਏ। ਵਿਰੋਧੀ ਪਾਰਟੀਆਂ ਦਾ ਕਹਿਣਾ ਵੀ ਇਹ ਸੋਚੀ ਸਮਝੀ ਸਾਜ਼ਿਸ਼ ਸੀਗੀ ਵੀ ਧੱਕੇਸ਼ਾਹੀ ਚੰਡੀਗੜ੍ਹ 'ਚ? ਨਹੀਂ, ਇਹ ਤਾਂ ਦੇਖੋ ਉਹਨਾਂ ਦੀ ਹੁਣ ਬੁਖਲਾਹਟ ਹੈਗੀ, ਕਿਉਂਕਿ ਦਿਨ ਪਰ ਦਿਨ ਉਹ ਥੱਲੇ ਜਾ ਰਹੇ ਨੇ, ਪਤਾ ਲੱਗ ਰਿਹਾ।
ਹੁਣ ਤੁਸੀਂ ਦੇਖ ਹੀ ਰਹੇ ਹੋ ਵੀ ਸੀ ਐਮ ਸਾਹਿਬ ਦੇ ਬਿਆਨ ਵੀ ਸੁਣ ਹੀ ਰਹੇ ਹੋ ਵੀ ਕਿੰਨੇ ਵਧੀਆ ਦੇ ਰਹੇ ਨੇ ਉਹ। ਇਹ ਬੁਖਲਾਹਟ 'ਚ ਬੋਲਦੇ ਨੇ ਜੀ, ਕੋਈ ਐਸੀ ਗੱਲ ਨਹੀਂ ਹੈਗੀ, ਬਹੁਤ ਵਧੀਆ ਕੰਮ ਹੋਇਆ। ਕੀ ਲੱਗਦਾ ਪੰਜਾਬ ਦੇ ਲੋਕ ਭਾਜਪਾ ਨੂੰ ਮੌਕਾ ਦੇਣਗੇ ਇਸ ਵਾਰ? 100% ਦੇਣਗੇ ਜੀ, 100% ਦੇਣਗੇ। 13 ਦੀਆਂ 13 ਸੀਟਾਂ ਬੜੀ ਲੀਡ ਨਾਲ ਜਿੱਤਾਂਗੇ।